ਸੌਦੇ ਚ ਬਿਹਤਰ ਨੇ ਨਾ ਘਰ ਦੇ ਘਰ ਨਾਲੇ ਉਂਝ ਵੀ ਬਿਹਤਰੀਨ ਆਪਣੇ ਡੇਰੇ ਦੇ ਕੰਮ ਨੇ ਕੁੰਡੀ ਛੁੰਡੀ ਹੋਏ ਕੋਲੀ ਨਿੱਕੀ ਹੋਏ ਧੁੰਨੀ ਨਾ ਹੋਵੇ ਲਾ ਲਓ ਇੱਕ ਹਿੱਸਾ ਖਰਚਾ ਤੇ ਗੱਲ ਦੋ ਹਿੱਸੇ ਵੱਜ ਜਾਂਦੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਨੇ ਪਿਆਰੇ ਭਾਈ ਸ਼ੁਕਰ ਜੀ ਅੱਲਾ ਦਾ ਠੀਕ ਠਾਕ ਅੱਛਾ ਪਿਆਰੇ ਭਾਈ ਸਾਨੂੰ ਪਹਿਲਾਂ ਆਪਣਾ ਨਾਮ ਦੱਸ ਦਿਓ ਅਫਤਾਬ ਭੱਟੀ ਅਫਤਾਬ ਭਾਈ ਮਾਸ਼ਾਅੱਲਾ ਕਿੰਨੇ ਅਰਸੇ ਤੋਂ ਡੰਗਰਾਂ ਦਾ ਕਾਰੋਬਾਰ ਕਰਦੇ ਹੋ ਤੇ ਤਕਰੀਬਨ 2-3 ਸਾਲ ਹੋ ਗਏ ਦੋ-ਤਿੰਨ ਸਾਲ ਤੇ ਮਾਸ਼ਾਅੱਲਾ 2-3 ਸਾਲ ਦਾ ਤਜਰਬਾ ਕੈਸਾ ਰਿਹਾ ਵੇ ਮਾਸ਼ਾਅੱਲਾ ਬਿਹਤਰੀਨ ਮੁਨਾਫਾ ਬਖਸ਼ੇ ਹਾਂਜੀ ਜ਼ਬਰਦਸਤ ਸਰ ਤੁਸੀਂ ਆਪਣੇ ਤਜਰਬੇ ਦੇ ਮੁਤਲਕ ਦੱਸੋ ਤੁਸੀਂ ਹਲੇ ਕੰਮ ਵਿੱਚ ਤਕਰੀਬਨ ਨਵੇਂ ਹੋ 2-3 ਸਾਲ ਹੋਏ ਨੇ ਤੁਸੀਂ ਇਹ ਕੰਮ ਦਾ ਆਗਾਜ਼ ਕਿੰਜ ਕੀਤਾ ਤੇ 2-3 ਸਾਲ ਵਿੱਚ ਇਹ ਕੰਮ ਤੋਂ ਕੀ ਕੀ ਹਾਸਲ ਕੀਤਾ ਜੀ ਕੰਮ ਅੱਛਾ ਮਿਹਨਤ ਕਰਨੀ ਚਾਹੀਦੀ ਸਰ ਲੇਬਰ ਦੀ ਥੋੜੀ ਪ੍ਰੋਬਲਮ ਹੈ ਉਂਜ ਅੱਛਾ ਮਿਹਨਤ ਕਰੋ ਅੱਲਾ ਰੋਜ਼ੀ ਦਿੰਦਾ ਅੱਛਾ ਤੇ ਤੁਸੀਂ 2-3 ਸਾਲ ਪਹਿਲੇ ਜਦੋਂ ਇਹ ਕੰਮ ਦਾ ਆਗਾਜ਼ ਕੀਤਾ ਇਸ ਤੋਂ ਪਹਿਲੇ ਤੁਸੀਂ ਕੀ ਕਰਦੇ ਹੋਵੇ ਮੈਂ ਬਾਹਰ ਆਊਟ ਆਫ ਕੰਟਰੀ ਹੁੰਦਾ ਅੱਛਾ ਯਾਨੀ ਆਊਟ ਆਫ ਕੰਟਰੀ ਤੋਂ ਆ ਕੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਜੀ ਇਹ ਦੱਸੋਗੇ ਤੁਸੀਂ ਆਊਟ ਆਫ ਕੰਟਰੀ ਬਿਹਤਰ ਹੋ ਜਾਂ ਕਿ ਆਪਣੇ ਮੁਲਕ 'ਚ ਇਹ ਡੇਰੀ ਦੇ ਕਾਰੋਬਾਰ ਵਿੱਚ ਬਿਹਤਰ ਹੋ ਇਹ ਦੱਸੋ ਦਰ ਜੇ ਬਿਹਤਰ ਹੈ ਨਾ ਘਰ ਦੇ ਘਰ ਨਾਲੇ ਉਂਝ ਵੀ ਬਿਹਤਰੀਨ ਆਪਣੇ ਡੇਰੇ ਦੇ ਕੰਮ ਨੇ ਅੱਛਾ ਠੀਕ ਹੈ ਤੇ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਫਾਰਮ ਤੇ ਟੋਟਲ ਕਿੰਨੇ ਜਾਨਵਰ ਨੇ ਤਕਰੀਬਨ ਛੋਟੇ ਵੱਡੇ ਪਾ ਕੇ ਤਕਰੀਬਨ 80 ਕੋ ਆ ਜੇ 80 ਜਿਹੜੀਆਂ ਮੱਝਾਂ ਨੇ ਵੱਡੇ ਜਾਨਵਰ ਉਹ ਕਿੰਨੇ ਨੇ ਉਹ ਜੇ 50 50 ਤੁਸੀਂ ਸਰ ਆਪਣੀ ਖਰੀਦਦਾਰੀ ਦੇ ਮੁਤਲਕ ਦੱਸੋ ਤੁਸੀਂ ਇਹ ਜਾਨਵਰ ਇੱਕ ਵਕਤ ਵਿੱਚ ਸਾਰੇ ਖਰੀਦੇ ਨੇ ਜਾਂ ਸਟੈਪ ਬਾਈ ਸਟੈਪ ਖਰੀਦੇ ਸਟੈਪ ਬਾਈ ਸਟੈਪ ਖਰੀਦੇ ਜੀ ਤੇ ਕਿਹੜੀ ਨਸਲ ਦੀ ਮੈਂ ਨੂੰ ਤੁਸੀਂ ਤਰਜੀਹ ਦਿੱਤੀ ਹੈ ਨਸਲ ਤਾਂ ਨੀਲੀ ਰਾ ਵੀ ਜੇ ਅੱਛਾ ਅੱਛਾ ਜੀ ਅਕਾਰਾ ਜੇ ਸਾਈਵਾਲ ਹੈ ਜੀ ਸਾਰੀ ਮਿਕਸ ਹੀ ਨੇ ਅੱਛਾ ਤੁਹਾਡੇ ਕੋਲ ਮਿਕਸ ਨੇ ਹਾਂਜੀ ਵੈਸੇ ਜਿਹੜੀ ਸਭ ਤੋਂ ਅੱਛੀ ਉਹ ਨੀਲੀ ਦੀ ਹੈ ਨੀਲੀ ਦੀ ਤੇ ਜਿਹੜੀ ਸਭ ਤੋਂ ਅੱਛੀ ਮੈਂ ਵੀ ਉਹਦੀ ਕੋਈ ਹੂਬੀ ਜਾਂ ਪਛਾਣ ਦੱਸ ਸਕਦੇ ਹੋ ਕਿ ਇਹ ਮੈਂ ਦੀ ਇਹ ਹੂਬੀ ਹੁੰਦੀ ਹੈ ਹਾਂਜੀ ਕੁੰਡੀ ਛੁੰਡੀ ਹੋਏ ਕੋਲੀ ਨਿੱਕੀ ਹੋਏ ਧੁੰਨੀ ਨਾ ਹੋਵੇ ਅੱਛਾ ਜ਼ਬਰਦਸਤ ਠੀਕ ਹੈ ਤੇ ਤੁਸੀਂ ਇਹ ਜਿਹੜੀ ਖਰੀਦਦਾਰੀ ਕੀਤੀ ਹੈ ਇੱਕ ਦਫਾ ਕੀਤੀ ਹੈ ਜਾਂ ਸਟੈਪ ਬਾਈ ਸਟੈਪ ਕੀਤੀ ਸਟੈਪ ਬਾਈ ਸਟੈਪ ਜੀ ਅੱਛਾ ਇਹ ਤੁਹਾਡਾ ਸਰ ਥੋੜਾ ਮੈਂ ਜਿਹੜਾ ਸ਼ੈੱਡ ਦੇ ਉੱਤੇ ਗੱਲ ਕਰਾਂ ਦਾ ਤੁਸੀਂ ਇਹ ਬਲਾਕ ਇਸਤੇਮਾਲ ਕੀਤੇ ਨੇ ਤੁਸੀਂ ਇਹ ਜਿਹੜਾ ਸ਼ੈੱਡ 2-3 ਸਾਲ ਪਹਿਲੇ ਤਿਆਰ ਕੀਤਾ ਹੈ ਜਾਂ ਕਿ ਪੁਰਾਣਾ ਹੈ ਇਹ ਜਿਹੜਾ ਤਕਰੀਬਨ 1.5 ਸਾਲ ਹੋਇਆ ਜੀ ਤਿਆਰ ਕੀਤੇ ਆ ਤਿਆਰ ਕੀਤੇ ਆ ਸੋ ਪਹਿਲਾਂ ਸੀ ਟਾਣਾ ਜਿਹੜਾ ਉੱਤੋਂ ਅੱਛਾ ਇਹ ਜਿਹੜਾ ਇਹਨੂੰ 1.5 ਸਾਲ ਹੋਇਆ ਸੀ ਨਾ ਇਹਨੂੰ ਅੱਛਾ ਸਰ ਇਹਦੀ ਲੰਬਾਈ ਕਿੰਨੀ ਹੈ ਤੇ ਚੌੜਾਈ ਕਿੰਨੀ ਹੈ 90 ਫੁੱਟ ਲੰਬਾਈ ਜੇ ਤੇ 24 ਫੁੱਟ ਦੀ ਚੌੜਾਈ ਜੀ ਚੌੜਾਈ ਹੈ ਇਹਨੂੰ ਤਿਆਰ ਕਰਨ ਉੱਤੇ ਕਿੰਨਾ ਖਰਚਾ ਆਇਆ ਹੈ ਖਰਚਾ ਇਹਦੇ ਤਕਰੀਬਨ ਕੋਈ 12 ਲੱਖ ਆ ਗਿਆ 12 ਲੱਖ ਮੁਕੰਮਲ ਤਿਆਰੀ ਤੇ ਹਾਂਜੀ ਮਜ਼ਦੂਰੀ ਵੀ ਸ਼ਾਮਲ ਹਾਂਜੀ ਇਹ ਜਿਹੜੇ ਬਲਾਕ ਇਸਤੇਮਾਲ ਕੀਤੇ ਨੇ ਇਹਨਾਂ ਦਾ ਕੋਈ ਸਾਈਜ਼ ਪਤਾ ਹੈ ਲੰਬਾਈ ਚੌੜਾਈ ਉਂਚਾਈ 8x16 8x16 ਦਾ ਠੀਕ ਹੈ ਬਲਾਕ ਖੁਦ ਤੁਸੀਂ ਖਰੀਦੇ ਹਨ ਹਾਂਜੀ ਬਿਹਤਰ ਹੋ ਗਿਆ ਇਹ ਜਿਹੜਾ ਸਰ ਤੁਹਾਡਾ ਸ਼ੈੱਡ ਹੈ ਇਹਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਜਾਨਵਰ ਆ ਜਾਂਦੇ ਨੇ ਇਹਦੇ ਅੰਦਰ ਤਕਰੀਬਨ ਇੱਕ ਦੇ ਅੰਦਰ ਤਕਰੀਬਨ ਆ ਜਾਂਦੇ ਜੇ ਕੋਈ 30 ਜਾਨਵਰ ਆ ਜਾਂਦੇ 30 ਜਾਨਵਰ ਠੀਕ ਹੈ ਤੁਹਾਡੇ ਫਾਰਮ ਤੇ ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ ਇਸ ਟਾਈਮ ਦੁੱਧ ਦਿੰਦੇ ਜੇ ਪਿਆ ਤਕਰੀਬਨ 40 ਤੋਂ 45 ਮਾਸ਼ਾਅੱਲਾ 40-45 ਜਾਨਵਰ ਦੁੱਧ ਦੇ ਰਹੇ ਨੇ ਇਹ ਕਿੰਨੀਆਂ ਗਾਵਾਂ ਤੇ ਕਿੰਨੀਆਂ ਮੱਝਾਂ ਗਾਵਾਂ 'ਚ 5 ਤੇ ਮੱਝਾਂ 'ਚ ਤਕਰੀਬਨ 40 ਅੱਛਾ 40 ਮੱਝਾਂ ਤੇ 5 ਗਾਵਾਂ ਤੇ ਰੋਜ਼ਾਨਾ ਦਾ 45 ਜਾਨਵਰਾਂ ਦਾ ਕਿੰਨਾ ਦੁੱਧ ਹੋਈ ਜਾਂਦਾ ਦੋਵਾਂ ਟਾਈਮਾਂ ਦਾ ਦੁੱਧ ਦੇ ਰਿਹਾ 10 ਮਾਲਾ ਜਾਂਦਾ 10 ਮਣ ਮਾਸ਼ਾਅੱਲਾ ਜ਼ਿੰਦਾਬਾਦ ਜੀ ਕਿੰਨੇ ਰੁਪਏ ਕਿਲੋ ਦੇ ਰਹੇ ਦੁੱਧ 82 ਰੁਪਏ ਆਪ ਹੀ ਲੈ ਕੇ ਜਾਂਦੇ ਦੁੱਧ ਹੀ ਖੜਦਾ ਦੁੱਧ ਹੀ ਖੜਦਾ ਮਾਸ਼ਾਅੱਲਾ ਅੱਛਾ ਰੋਜ਼ਾਨਾ ਦਾ 500 ਕਿਲੋ ਦੁੱਧ ਹੋ ਰਿਹਾ ਤੁਹਾਡਾ ਜੀ ਅਗਰ ਮੋਟਾ ਹਿਸਾਬ ਕਰ ਲਿਆ ਜਾਏ 500 ਕਿਲੋ ਦੁੱਧ ਵਿੱਚ ਤੁਹਾਨੂੰ ਰੋਜ਼ਾਨਾ ਦੀ ਬਚਤ ਕਿੰਨੀ ਹੋ ਜਾਂਦੀ ਹੈ ਤੇ ਖਰਚਾ ਕਿੰਨਾ ਹੋ ਜਾਂਦਾ ਜੀ ਤੇ ਤੁਸੀਂ ਮਹੀਨੇ ਬਾਅਦ ਹੀ ਕੋਈ ਐਸਟੀਮੇਟ ਲਾਉਂਦੇ ਹੋ
ਤੁਸੀਂ ਮਹੀਨੇ ਦਾ ਕੋਈ ਐਸਟੀਮੇਟ ਦੱਸੋ ਨਾ, ਨਹੀਂ ਤੁਸੀਂ ਇਨਵੈਸਟਮੈਂਟ ਕੀਤੀ ਹੈ ਬਾਹਰੋਂ ਆ ਕੇ, ਤੁਹਾਨੂੰ ਮਹੀਨੇ ਦੀ ਇੰਨੇ ਜਾਨਵਰਾਂ ਤੋਂ ਕਿੰਨੀ ਬੱਚਤ ਹੋਈ ਜਾਂਦੀ? ਮਾਸ਼ਾਅੱਲਾ, ਦੋ ਹਿੱਸੇ ਬੱਚਤ ਹੋਈ ਜਾਂਦੀ। ਜ਼ਮੀਨ ਆਪਣੀ ਹੈ ਕਿ ਆਪਣੀ? ਅਗਰ ਜ਼ਮੀਨ ਆਪਣੀ ਨਾ ਹੋਏ ਫਿਰ ਬੱਚਤ ਕੰਮ ਹੋਏਗੀ? ਫਿਰ ਬੱਚਤ ਕੰਮ ਹੋ ਜਾਏ। ਫਿਰ ਕੀ ਕੋਈ ਮਾਰਜਨ ਹੁੰਦਾ ਬੱਚਤ ਦਾ? ਫਿਰ ਅੱਧੋ ਅੱਧ। ਅੱਧੋ ਅੱਧ? ਹਾਂਜੀ ਠੀਕ ਹੈ। ਅੱਛਾ ਸਰ, ਅਗਰ ਮਾਸ਼ਾਅੱਲਾ ਇੱਕ ਮੱਝ ਰੋਜ਼ਾਨਾ ਦਾ 15 ਕਿਲੋ ਦੁੱਧ ਦੇ ਰਹੀ ਜੇ, ਠੀਕ ਹੈ, ਉਹ 15 ਕਿਲੋ ਦੇ ਵਿੱਚੋਂ ਕਿੰਨੇ ਦੇ ਉੱਤੇ ਖਰਚਾ ਹੋ ਜਾਏਗਾ ਤੇ ਕਿੰਨੀ ਬਚਤ ਦਾ ਦੁੱਧ ਹੋ ਜਾਏਗਾ? 5 ਕਿਲੋ ਖਰਚਾ ਕਰ ਲਓ ਤੇ 10 ਕਿਲੋ ਬਚਤ। ਮਾਸ਼ਾਅੱਲਾ। ਅੱਛਾ ਸਰ, ਤੁਸੀਂ ਇਹ ਦੱਸੋ ਕਿ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਹੈ, ਤੁਸੀਂ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਚੱਲ ਇਹਦੇ ਪਰਾਲੀ 'ਚ ਪੱਠੇ ਛੱਠੀ ਪਾਈਦੇ ਨੇ, ਵੰਡਾ ਛੰਡਾ ਪਾਜਣਾ ਤਾਂ ਵੰਡਾ ਯੂਜ ਕਰੀ ਦਾ ਜੀ। ਅੱਛਾ, ਤੁਸੀਂ ਜਿਹੜਾ ਸਬਜ਼ ਚਾਰਾ ਹੈ ਉਹ ਕਿਹੜਾ ਇਸਤੇਮਾਲ ਕਰਦੇ ਹੋ, ਅਤੇ ਖੁਸ਼ਕ ਚਾਰੇ ਵਿੱਚ ਕੀ ਹੈ ਅਤੇ ਰੋਜ਼ਾਨਾ ਦਾ ਵੰਡਾ ਕੀ ਖਿਲਾਉਂਦੇ ਹੋ, ਰੂਟੀਨ ਰੋਜ਼ਾਨਾ ਦੀ ਦੱਸੋ। ਖੁਸ਼ਕ ਚਾਰਾ ਜਿਹੜਾ ਤੂੜੀ ਇਸਤੇਮਾਲ ਕਰੀ ਦੀ ਜੀ, ਸਟਾਲਾ ਇਸ ਟਾਈਮ ਬਾਹਰ ਸਟਾਲੇ ਦੀ ਸਬਜ਼ ਚਾਰਾ ਉਹ ਇਸਤੇਮਾਲ ਕਰੀ ਦਾ ਜੇ, ਅਤੇ ਵੰਡਾ ਪਾਜਣਾ ਭਾਈ ਦਾ ਜੇ ਨਾਲ ਦਲੀਆ ਵਗੈਰਾ। ਦਲੀਆ ਵੀ ਇਸਤੇਮਾਲ ਕਰਦੇ ਹੋ? ਇਸਤੇਮਾਲ ਕਰਦੇ। ਇਹ ਰੋਜ਼ਾਨਾ ਦਾ ਇੱਕ ਮੈਂ ਇਹਨੂੰ ਕਿੰਨਾ ਵੰਡਾ ਅਤੇ ਕਿੰਨਾ ਦਲੀਆ? ਇੱਕ ਇੱਕ ਟਾਈਮ 'ਤੇ 2-2 ਕਿਲੋ, ਯਾਨੀ ਰੋਜ਼ਾਨਾ ਦਾ 4 ਕਿਲੋ? 4 ਕਿਲੋ। ਇਹ 4 ਕਿਲੋ ਵੰਡਾ ਅਤੇ ਦਲੀਆ ਕਿੰਨਾ? ਨਹੀਂ ਮਿਕਸ ਹੀ ਹੁੰਦਾ ਨਾ। ਅੱਛਾ ਮਿਕਸ, ਯਾਨੀ ਕਿ ਮਿਕਸ 4 ਕਿਲੋ ਤੁਸੀਂ ਦਲੀਆ ਅਤੇ ਵੰਡਾ? ਜੀ ਜੀ ਠੀਕ ਹੈ। ਸਰ ਤੁਸੀਂ ਖਾਲੀ ਦੁੱਧ ਦਾ ਕਾਰੋਬਾਰ ਕਰਦੇ ਨਾਲ ਵਪਾਰ ਵੀ ਕਰਦੇ? ਵਪਾਰ ਵੀ ਕਰੀਦਾ ਜੀ। ਮਾਸ਼ਾਅੱਲਾ, ਤੁਹਾਡੇ ਨਜ਼ਰ 'ਚ ਦੁੱਧ ਵਾਲਾ ਕਾਰੋਬਾਰ ਬਿਹਤਰ ਹੈ ਕਿ ਵਪਾਰ ਵਾਲਾ ਕਾਰੋਬਾਰ ਬਿਹਤਰ? ਦੋਵੇਂ ਬਿਹਤਰੀਨ ਨੇ, ਜਿਹੜਾ ਵੀ ਦਿਲ ਦਾ ਕਰ ਲਓ। ਅੱਛਾ, ਤੇ ਵਪਾਰ ਤੁਹਾਡੇ ਕੋਲ ਲੋਕੀ ਡੇਰੇ ਤੋਂ ਮੱਝਾਂ ਖੜਦੇ ਨੇ, ਤੁਸੀਂ ਮੰਡੀ 'ਚ ਲੈ ਕੇ ਜਾਂਦੇ? ਡੇਰੇ ਤੇ ਆਉਂਦੇ ਨੇ ਜ਼ਿਆਦਾ, ਮੰਡੀ ਵੀ ਜਾਈਦਾ ਕੰਜਾ ਕਦੀ ਕਦੀ, ਲੇਕਿਨ ਡੇਰੇ ਤੇ ਜ਼ਿਆਦਾ ਲੋਕ ਆਉਂਦੇ ਨੇ। ਅੱਛਾ, ਅਗਰ ਚਲੋ ਵੀਡੀਓ ਦਾ ਸੈਂਟਰ ਨੰਬਰ ਦੇ ਦੇਣਾ, ਅਗਰ ਕੋਈ ਤੁਹਾਡੇ ਬੰਦਾ ਜਾਨਵਰ ਖਰੀਦਣਾ ਚਾਹੁੰਦਾ, ਵਪਾਰ ਦੇ ਹਵਾਲੇ ਨਾਲ ਇਨਫੋਰਮੇਸ਼ਨ ਲੈਣਾ ਚਾਹੁੰਦਾ, ਤੁਸੀਂ ਆਪਣਾ ਕੋਈ ਨੰਬਰ ਦੇ ਸਕਦੇ ਹੋ? ਹਾਂ ਜ਼ਰੂਰ ਇਨਸ਼ਾਅੱਲਾ। ਜੀ ਦੋ ਵੀਡੀਓ 'ਚ ਨੰਬਰ ਆਪਣਾ 0390-698-397-1। ਮਾਸ਼ਾਅੱਲਾ, ਤੁਹਾਡੇ ਕੋਲ ਇਸ ਟਾਈਮ 40-45 ਜਾਨਵਰ ਦੁੱਧ ਦੇ ਰਹੇ ਨੇ ਸਰ। ਜੀ ਜੀ। ਮੱਝਾਂ 'ਚ ਸਾਰਿਆਂ ਨਾਲ ਜ਼ਿਆਦਾ ਮੱਝ ਕਿੰਨਾ ਦੁੱਧ ਦੇ ਰਹੀ ਹੈ ਅਤੇ ਗਾਈਆਂ 'ਚ ਸਾਰਿਆਂ ਨਾਲ ਜ਼ਿਆਦਾ ਗਾਈ ਕਿੰਨਾ ਦੁੱਧ ਦੇ ਰਹੀ ਜੀ? ਗਾਈ ਜੇ ਸਭ ਤੋਂ ਜ਼ਿਆਦਾ 40 ਲੀਟਰ। ਮਾਸ਼ਾਅੱਲਾ। ਉਹਦੀ 3 ਟਾਈਮ ਚੁਆਈ ਜੀ, ਤੇ ਮੱਝਾਂ ਜਿਹੜੀਆਂ ਨੇ ਉਹ 16-15 ਕਿਲੋ। ਕਿਹੜੀ ਨਸਲ ਹੈ ਗਾਈ ਜੀ? ਚਾਲੀ ਲੀਟਰ ਦੁੱਧ ਹੋਏਗਾ ਥੱਲੇ ਨਸਲ ਕਿਹੜੀ ਦੱਸੀ ਜੇ ਵਲੈਤੀ ਜੇ ਕਿੰਨਾ ਸੁਵੇ ਪਿਓਰ ਵਲੈਤੀ ਇਹ ਦੂਜੇ ਸੁਵੇ ਹੁਣ ਸੂਈ ਜੇ ਅਗਰ ਵੇਚਣਾ ਚਾਹੋ ਤੇ ਕਿੰਨੇ ਦੀ ਵੇਚੋਗੇ ਇਹ ਤਾਂ ਗਾਹਕ ਦੇ ਸਰਕਾਰ ਦਾ ਲੈ ਕੇ ਸਾਢੇ ਚਾਰ ਲੱਖ ਰੁਪਈਆ ਮੈਂ ਇਹਨ
ਦੱਸੋ ਜੀ ਸਰ, ਮੱਝ ਦਿਖਾਓ ਕਿਹੜੀ ਹੈ ਜੀ? ਇਹ ਜੀ ਮੱਝ। ਮਾਸ਼ਾਅੱਲਾ, ਕਿੰਨਾ ਦੁੱਧ ਹੈ ਥੱਲੇ? ਇਹਦੇ 15-16 ਗੜਵੀਆਂ ਦੁੱਧ ਜੇ ਮੇਨ ਕੇ। ਸਜਰੀ ਸੂਈ ਜੇ? ਸਜਰੀ ਸੂਈ ਜੇ, ਮਹੀਨਾ ਹੋਇਆ। ਕਿੰਨਵਾਂ ਸੂਆ ਹੈ ਇਹ? ਦੂਜੇ ਸੂਏ ਜੇ। ਮਾਸ਼ਾਅੱਲਾ ਸਰ, ਇਹਦਾ ਜਿਹੜਾ ਹਵਾਨਾ ਉਹ ਵੀ ਚੈੱਕ ਕਰਾਓ, ਥੋੜਾ ਨੂੰ ਲਾਓ। ਚਵਾਈ ਹੋ ਗਈ ਕਿ ਲਿਆਉਣੀ ਹੈ ਇਹਦੀ? ਚਵਾਈ। ਅੱਛਾ, ਚਵਾਈ ਹੋਣੀ ਹੈ। ਕੀ ਡਿਮਾਂਡ ਮਾਸ਼ਾਅੱਲਾ ਤੁਹਾਡੀ? ਕੀ ਡਿਮਾਂਡ ਹੈ ਜੀ? ਇਹ 2.5 ਲੱਖ ਰੁਪਏ। ਤੇ ਨਸਲ ਕਿਹੜੀ ਹੈ? ਨਸਲ ਸਾਹੀਵਾਲ ਜੀ। ਸਾਹੀਵਾਲ ਦੀ ਨਸਲ ਹੈ ਤੇ 14-15 ਲੀਟਰ ਦੁੱਧ ਹੈ? ਹਾਂਜੀ, ਮੈਂ ਕਿ ਦੋਵੇਂ ਟੈਪ। ਠੀਕ। ਅੱਛਾ ਪਿਆਰੇ ਭਾਈ, ਇਹ ਦੱਸੋ ਤੁਸੀਂ ਜਾਨਵਰਾਂ ਨੂੰ ਆਮ ਰੂਟੀਨ ਵਿੱਚ ਕਿਹੜਾ ਮਿਰਚ ਮਸਾਲਾ ਦਿੰਦੇ ਹੋ? ਉਹ ਹੈ ਭਾਈ, ਯਾਰਾਂ ਨੂੰ ਪਤਾ ਹੈ, ਤੁਹਾਨੂੰ ਦੱਸਦੇ ਨੇ ਕਿਹੜਾ ਕਿਹੜਾ ਦਿੰਦੇ। ਅਦਰਕ, ਮਿਰਚਾਂ,
ਨਮਕ ਨਮਕ ਗੰਡੇ ਛੰਡੇ ਮਾਸ਼ਾਅੱਲਾ ਕਿੰਨੀ ਦੇਰ ਬਾਅਦ ਦੇਣੇ ਚਾਹੀਦੇ ਨੇ ਵਾਲਾ ਜਾਂ ਮਿਰਚ ਮਸਾਲਾ ਚੌਥੇ ਪੰਜਵੇਂ ਦਿਨ ਵੀ ਦੇ ਲਓ ਅੱਠੇ ਦਿਨ ਹੀ ਦੇ ਲਓ ਵੇਖ ਲਓ ਜਿਹੜਾ ਪੱਠੇ ਘੱਟ ਖਾਂਦਾ ਅੱਛਾ ਪੱਠਿਆਂ ਵਿੱਚੋਂ ਬਾਈਬਾ ਦੀ ਕਿਹੜੇ ਪੱਠੇ ਜ਼ਿਆਦਾ ਹੁੰਦੀ ਹੈ ਜ਼ਿਆਦਾ ਮਕਈ ਚ ਕਿੰਨੇ ਦਿਨ ਦੇਣਾ ਇੱਕ ਦਿਨ ਬਹੁਤ ਹੈ ਜੇ ਜ਼ਿਆਦਾ ਮਸਲਾ ਹੈ ਤਾਂ ਦੋ ਦਿਨ ਦੇ ਲਓ ਅੱਛਾ ਹਾਂਜੀ ਇਸ ਤੋਂ ਇਲਾਵਾ ਬਾਈ ਕੋਈ ਦੇਸੀ ਇਲਾਜ ਦੱਸ ਦਿਓ ਅਗਰ ਤੁਸੀਂ ਜਾਨਵਰਾਂ ਦਾ ਕਰ ਲੈਂਦੇ ਹੋ ਕਿਹੜੇ ਕਿਹੜੇ ਐਸੇ ਇੱਕ ਦੋ ਇਲਾਜ ਜੇ ਤੁਸੀਂ ਦੇ
ਡੰਗਰ ਦੁੱਧੋਂ ਨਹੀਂ ਟੁੱਟਦਾ ਕੋਈ ਵੀ ਸੂਕ ਹੈ, ਉਹਨੂੰ ਕੀ ਦੇਣਾ ਚਾਹੀਦਾ? ਜ਼ੋਰ ਸ਼ੋਰ ਆ ਜਾਂ ਗਲਕੰਦ, ਅੱਛਾ, ਤੇ ਜਾਂ ਕੋਈ ਉਹਨੂੰ ਗੁੜ ਗੰਢੀ ਦੇ ਲਓ, ਸਹੀ ਰਹੇ ਜਾਂਦਾ। ਲਾਚੀਆਂ ਲੂਚੀਆਂ ਠੰਡ ਹੋਏ ਤੇ, ਲਾਚੀਆਂ ਲੂਚੀਆਂ ਤੇ ਅਗਰ ਗਰਮੀ ਹੋਏ ਤੇ, ਗਰਮੀ ਹੋਏ ਕੌੜੀ ਖਾਲ ਉਹ ਇਸਤੇਮਾਲ ਕਰ ਲਓ, ਠੀਕ ਹੈ ਵੀ। ਅੱਛਾ, ਜਿਹੜਾ ਜਾਨਵਰ ਝੱਗ ਜ਼ਿਆਦਾ ਲੈਣਾ ਚਾਹੁੰਦੇ ਆ, ਉਹਨੂੰ ਕੀ ਦੇਣਾ ਚਾਹੀਦਾ, ਤੇਲ ਜਾਂ ਕੀ ਕਿਹੜੀ ਚੀਜ਼ ਦੇਵੇ? ਹੁਣ ਤੇਲ, ਹੁਣ ਤੇਲ, ਹਾਂਜੀ, ਤੇਲ ਲੱਸੀ ਰੇੜਕਾ ਬਣਾ ਲਓ, ਦਹੀਂ ਦੇ ਲਓ, ਲੱਸੀ ਤੇਲ ਪਾ ਲਓ ਵਿੱਚ, ਦਹੀਂ ਚ। ਸਰਦੀਆਂ 'ਚ ਕਿਹੜੀ ਚੀਜ਼ ਦੇਣੀ ਚਾਹੀਦੀ? ਗੁੜ ਲਾਚੀ, ਗੁੜ ਲਾਚੀ ਨਾਲ ਸਹੀ ਰਹੇਗਾ ਦੁੱਧ ਦਾ, ਹਾਂਜੀ, ਠੀਕ ਹੋ ਗਿਆ। ਅੱਛਾ, ਇਸ ਤੋਂ ਇਲਾਵਾ ਕੋਈ ਦੇਸੀ ਇਲਾਜ ਤੁਸੀਂ ਆਪਣੇ ਜਾਨਵਰਾਂ ਜਾਂ ਕਰਦੇ ਹੋ, ਖੁਦ ਕਰਦੇ ਹੋ, ਕੋਈ ਦੱਸ ਦਿਓ ਸਾਡੇ ਨਾਜ਼ਰੀਨ ਨੂੰ, ਤਾਂ ਕਿ ਸਦਕਾ ਜਾਰੀ ਰਹੇ। ਜਾਨਵਰ ਆਈਏ ਮਾਸ਼ਾਅੱਲਾ ਸਾਰੇ ਠੀਕ ਨੇ, ਦੇਸੀ ਲੋੜੀ ਗੁੜ ਲਾਚੀ ਅਦਰਕ ਮਿਰਚੇ ਆਮ ਹੈ, ਸਾਰਿਆਂ ਨੂੰ ਪਤਾ ਹੈ ਨੁਸਖੇ ਦਾ। ਅੱਛਾ ਮਾਸ਼ਾਅੱਲਾ ਪਿਆਰੇ ਭਾਈ, ਤੁਸੀਂ ਕਾਰੋਬਾਰ ਤਕਰੀਬਨ ਕਾਫੀ ਅਰਸੇ ਤੋਂ ਕਰ ਰਹੇ ਹੋ, ਆਂਦੇ ਨੇ ਕਾਰੋਬਾਰ ਦੇ ਸਟਾਰਟ ਤੋਂ ਕੁਛ ਮਸਾਇਲ ਹੁੰਦੇ ਨੇ, ਤੁਹਾਨੂੰ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਇਹ ਬੰਦਿਆਂ ਦਾ ਹੀ, ਬੰਦਿਆਂ ਦਾ ਹੀ, ਹਾਂਜੀ, ਇਹੀ ਖਰਾਬ ਕਰਦੇ ਨੇ, ਹੋਰ ਕੋਈ ਮਸਲਾ ਨਹੀਂ। ਤਾਂ ਕਿੰਝ ਫਿਰ ਹੱਲ ਕੀਤਾ ਸੀ ਲੇਬਰ ਦੀ ਪ੍ਰੋਬਲਮ? ਇੱਥੋਂ ਕੋਈ ਪਿੰਡੋਂ ਕੋਈ ਲਾਂਭੋ ਲੱਭ ਲੁੱਭ ਗਏ, ਕਿਉਂ ਦੌੜ ਜਾਂਦੇ ਨੇ, ਕੀ ਦੇਵਾ ਜਾਵੇ? ਕੰਮ ਚੋਰ, ਕੰਮ ਲਵੋ ਦੇ ਦਿਹਾੜੇ ਵੀ ਨਹੀਂ ਕਰ ਸਕਦੇ, ਲਾਂਭੇ ਰਹੋ ਤੇ ਫਿਰ ਪਹਿਰਾ ਦੇ ਰਹਿੰਦੇ, ਥੋੜਾ ਬਹੁਤਾ ਕਰ ਲਿਆ, ਵਾਲਾ ਕਰ ਲਿਆ ਬਸ। ਮੁਲਾਜ਼ਮਾਂ ਤੋਂ ਬਗੈਰਾ ਕਾਰੋਬਾਰ ਬੰਦਾ ਕਰ ਸਕਦਾ? ਆਪ ਹੀ ਕਰ ਸਕਦਾ, ਜੇ ਆਪ ਹੀ ਕਰੇ ਉਹਦੇ ਨਾਲ ਦਾ ਕੋਈ ਵੀ ਨਹੀਂ, ਪਰ ਚਾਹ ਟਕੇ ਰੱਖ ਲਵੋ ਤਾਂ ਹੋ ਸਕਦਾ, ਜ਼ਿਆਦਾ ਲੰਮਾ ਚੋਰਾ ਜੇ ਕੰਮ ਲੇਬਰ ਤੋਂ ਬਗੈਰ ਤੇ ਹੋ ਹੀ ਨਹੀਂ ਸਕਦਾ। ਤੇ ਜਿਹੜਾ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਵੇ, ਤੁਸੀਂ ਕੀ ਉਹਨੂੰ ਕਹਿਣਾ ਚਾਹੋਗੇ ਕਿ ਲੇਬਰ ਹੋਏ ਤੇ ਫਿਰ ਕਾਰੋਬਾਰ ਕਰੇ ਕਿ ਆਪ ਸਿੱਖਦੇ ਨੇ? ਲੇਬਰ ਹੋਏ ਤਾਂ ਫਿਰ ਸ਼ੁਰੂ ਕਰੇ, ਨਹੀਂ ਤਾਂ ਨਾ ਕਰੇ, ਘਾਟਾ ਖਾਏਗਾ। ਅੱਛਾ, ਕਿਹੜੇ ਮੌਸਮ 'ਚ ਜ਼ਿਆਦਾ ਮੁਸ਼ਕਲਾਂ ਵੇਖਣੀਆਂ ਪੈਂਦੀਆਂ, ਸਰਦੀਆਂ 'ਚ ਕਿ ਗਰਮੀਆਂ 'ਚ? 12 ਮਹੀਨੇ, 12 ਮਹੀਨੇ, ਹਾਂ, ਨਵੇਂ ਬੰਦੇ ਵਾਸਤੇ ਮੁਸ਼ਕਲ ਹੀ ਜਾਂ ਜਿਹੜਾ ਆਪ ਹੀ ਕਰ ਨਹੀਂ ਸਕਦਾ। ਬਾਰਿਸ਼ਾਂ 'ਚ ਕੀ ਹਾਲਾਤ ਰਹਿੰਦੇ ਜੇ? ਨਾਰਮਲ ਹੀ ਵੇਖ ਲਓ, ਬਾਰਿਸ਼ਾਂ ਤੁਹਾਨੂੰ ਹੀ ਪਤਾ ਤੰਗੀ ਤਕਲੀਫ ਹੀ, ਤੇ ਸ਼ੈੱਡ ਆ ਤੇ ਛੱਤਿਆਂ ਹਨ ਤੇ ਕੋਈ ਨਹੀਂ ਆਉਂਦੀ, ਅੰਦਰ ਹੀ ਰਹਿੰਦੇ ਡੰਗਰ। ਸ਼ੈੱਡ ਤੁਹਾਡੇ ਪੱਕੇ ਨੇ, ਗਰਮੀ ਨਹੀਂ ਨੇ ਗਰਮੀਆਂ 'ਚ? ਨਹੀਂ। ਅੱਛਾ, ਨਹੀਂ, ਅੱਛਾ, ਕ੍ਰਾਸਿੰਗ ਹੈ। ਇੰਨੇ ਜਾਨਵਰਾਂ ਵਾਸਤੇ ਤੁਹਾਂ ਜਗ੍ਹਾ ਕੱਚੀ ਕਿੰਨੀ ਰੱਖੀ ਤੇ ਪੱਕੀ ਕਿੰਨੀ ਰੱਖੀ ਜੇ? ਵੀਗਾ ਕੱਚੀ ਜੇ, ਵੀਗਾ ਪੱਕੀ ਜੇ। ਮਾਸ਼ਾਅੱਲਾ, 1 ਕਿੱਲੇ ਦੀ ਟੋਟਲ ਜਗ੍ਹਾ ਤੁਹਾਂ ਬਲੀ ਇੰਨੇ ਜਾਨਵਰਾਂ ਵਾਸਤੇ 20 ਕਨਾਲ ਜੇ। ਜੀ ਪਿਆਰੇ ਭਾਈ, ਬਹੁਤ ਕੀਮਤੀ ਤੁਹਾਂ ਗੱਲਾਂ ਦੱਸੀਆਂ ਨੇ ਸਾਡੇ ਨਾਜ਼ਰੀਨ ਨੂੰ, ਤੇ ਅੱਲਾ ਹਾਫਿਜ਼। ਓਕੇ।